ਪੰਜਾਬ ਦੇ ਵਿੱਚ ਮੌਸਮ ਨੇ ਇੱਕ ਵਾਰ ਫਿਰ ਤੋਂ ਕਰਵਟ ਲਈ। ਕਈ ਇਸ ਮੌਸਮ ਦਾ ਆਨੰਦ ਮਾਣ ਰਹੇ ਨੇ, ਕਈਆਂ ਲਈ ਇਹ ਮੀਂਹ ਨਵੀਂ ਵਿਪਤਾ ਲੈ ਕੇ ਆਇਆ ਹੈ। ਉਹਨੇ ਕਿਸਾਨ ਜਿਨ੍ਹਾਂ ਦੀ ਪੁੱਤਾਂ ਵਾਂਗ ਪਾਲੀ ਫਸਲ ਖਰਾਬ ਹੋ ਗਈ, ਮੰਡੀਆਂ ਦੇ ਵਿੱਚ ਕਣਕ ਨੂੰ ਕਿਸਾਨ ਖੁਦ ਤਰਪਾਲਾਂ ਦੇ ਨਾਲ ਢੱਕ ਰਹੇ ਨੇ। ਇਹ ਤਸਵੀਰਾਂ ਨਾਭਾ, ਸਮਾਣਾ, ਕਪੂਰਥਲਾ ਦੀਆਂ ਨੇ। ਮੰਡੀਆਂ ਦੇ ਵਿੱਚ ਸ਼ੈੱਡ ਅਤੇ ਹੋਰ ਸਹੂਲਤਾਂ ਨਾ ਹੋਣ ਕਰਕੇ ਕਿਸਾਨ ਜਿੱਥੇ ਵਰਦੇ ਮੀਂਹ ਨੂੰ ਕੋਸ ਰਹੇ ਨੇ, ਉੱਥੇ ਹੀ ਸਰਕਾਰਾਂ ਤੋਂ ਮੁਆਵਜ਼ੇ ਦੀ ਮੰਗ ਵੀ ਕਰ ਰਹੇ ਨੇ। ਖੇਤਾਂ ਦੇ ਵਿੱਚ ਜੋ ਫਸਲ ਖੜੀ ਹੈ, ਉਹਨਾਂ ਦੀਆਂ ਵੀ ਬੱਲੀਆਂ ਝੜਨੀਆਂ ਸ਼ੁਰੂ ਹੋ ਚੁੱਕੀਆਂ ਨੇ। ਤਾਂ ਇਹ ਮੌਸਮ ਆ ਜਿਹੜਾ ਇੱਕ ਵਾਰ ਫਿਰ ਤੋਂ ਕਿਸਾਨਾਂ ਦੇ ਲਈ ਕਹਿਰ ਭਰਪਾ ਰਿਹਾ। ਜਿੱਥੇ ਸੋਹਣੇ ਰੰਗੀ ਫਸਲ ਖਰਾਬ ਹੋ ਰਹੀ ਹੈ, ਉੱਥੇ ਹੀ ਮੰਡੀਆਂ ਦੇ ਵਿੱਚ ਲਿਆਂਦੀ ਗਈ ਫਸਲ ਦਾ ਵੀ ਵੱਡੇ ਪੱਧਰ 'ਤੇ ਨੁਕਸਾਨ ਹੋ ਰਿਹਾ। ਤਾਂ ਦੂਜੇ ਪਾਸੇ ਕਿਸਾਨਾਂ ਦੇ ਵੱਲੋਂ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਵੀ ਕੀਤੀ ਜਾ ਰਹੀ ਹੈ। ਤਾਂ ਪੰਜਾਬ ਸਣੇ ਕਈ ਸੂਬਿਆਂ ਦੇ ਵਿੱਚ ਮੀਂਹ ਪੈ ਰਿਹਾ, ਜਿਸ ਕਾਰਨ ਕਿਸਾਨਾਂ ਦੀ ਸਾਰੀ ਫਸਲ ਖਰਾਬ ਹੋ ਰਹੀ ਹੈ, ਕਿਸਾਨਾਂ ਨੂੰ ਘਾਟਾ ਪੈ ਰਿਹਾ ਔਰ ਉਹ ਕਿਸਾਨ ਆਪਣੇ ਪੱਧਰ 'ਤੇ ਹੀ ਆਪਣੀ ਫਸਲ ਦੀ ਦੇਖਭਾਲ ਕਰਦੇ ਨਜ਼ਰ ਆ ਰਹੇ ਨੇ। ਤਾਂ ਇਹ ਵੱਖ ਵੱਖ ਮੰਡੀਆਂ ਦੀਆਂ ਤਸਵੀਰਾਂ ਨੇ, ਜਿੱਥੇ ਕਿਸਾਨ ਆਪਣੇ ਪੱਧਰ 'ਤੇ ਹੀ ਤਰਪਾਲਾਂ ਦੇ ਨਾਲ ਆਪਣੀ ਫਸਲ ਨੂੰ ਢੱਕ ਰਹੇ ਨੇ। ਹਾਲੇ ਤੱਕ ਖਰੀਦ ਇਹਨਾਂ ਦੀ ਨਹੀਂ ਹੋਈ, ਤਾਂ ਸਰਕਾਰ ਨੂੰ ਵੀ ਮੰਗ ਕੀਤੀ ਗਈ ਕਿ ਉਹਨਾਂ ਦੇ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾਵੇ। ਬਹੁਤ ਇਸ ਮੌਸਮ ਦਾ ਨੁਕਸਾਨ ਤਾਂ ਬਹੁਤ ਜ਼ਿਆਦਾ ਹੋ ਰਿਹਾ ਜੀ। ਸਾਰਾ ਪਾਣੀ ਜਿਹੜਾ ਹੈ ਇੱਥੇ ਦਾ ਮੰਡੀ ਦੇ ਵਿੱਚ ਸੜਕਾਂ ਦੇ ਬਹੁਤ ਪਾਣੀ ਖੜ੍ਹ ਜਾਂਦਾ, ਜਿਹਨੂੰ ਸਾਂਭ ਸੰਭਾਲ ਨਾ ਕੀਤੀ ਵੀ ਸਾਰਾ ਮਾਲ ਖਰਾਬ ਹੋ ਜੂਗਾ। ਹੁਣ ਤੁਸੀਂ ਪਲਟੀਆਂ ਲਾ ਰਹੇ ਹੋ? ਪਲਟੀ ਲਾ ਰਹੇ ਹਾਂ ਜੀ, ਇਹਦੀ ਟਾਂਗਾ ਮਰਵਾ ਰਹੇ ਹਾਂ, ਕੱਲ ਨੂੰ ਕਿਸੇ ਨੇ ਮਾਲ ਨਹੀਂ ਚੁੱਕਣਾ ਜੇ ਨਾ ਹੀ ਸੰਭਾਲ ਕਰਾਂਗੇ ਜੀ। ਹੁਣ ਤਾਂ ਤੁਹਾਡੀ ਪੱਲੇ ਪੈ ਰਿਹਾ, ਸਾਡੀ ਜ਼ਿੰਮੇਵਾਰੀ ਹੈ ਜੀ, ਸਾਡੀ ਅਸੀਂ ਜ਼ਿੰਮੇਵਾਰੀ ਨਾਲ ਕਰਾ ਰਹੇ ਹਾਂ ਕੰਮ। ਜਿਹੜੀ ਜ਼ਿਆਦਾ ਭਿੱਜ ਗਈ ਉਹਦਾ ਕੀ ਹੋਊਗਾ ਜੀ ਹੱਲ? ਉਹਦਾ ਫਿਰ ਹੁਣ ਦੇਖਾਂਗੇ ਜੀ, ਦੜੇ ਦੁੜੇ ਕਰਾ ਕੇ ਦੁਬਾਰਾ ਭਰਤੀ ਕਰਨੀ ਪਊਗੀ। ਭਰਤੀ ਤਾਂ ਕਰੋਗੇ ਪਰ ਕਿੱਥੇ ਕਰੋਗੇ? ਸਪੇਸ ਤਾਂ ਕੋਈ ਹੈ ਨਹੀਂ। ਸਪੇਸ ਹੁਣ ਜਦੋਂ ਬਣੂਗੀ ਉਦੋਂ ਹੀ ਹੋਊਗਾ ਜੀ, ਹੁਣ ਮੰਡੀ ਤਾਂ ਸਾਰੀ ਫੁੱਲ ਹੋਈ ਪਈ ਹੈ। ਕੀ ਲੱਗਦਾ ਇੱਕਦਮ ਕਿਵੇਂ ਆ ਗਈ ਫਸਲ? ਫਸਲ ਇੱਕਦਮ ਇਹ ਸਾਰੀ 10 ਦਿਨਾਂ ਦੇ ਵਿੱਚ ਹੀ ਸਾਰਾ ਕੰਮ ਖਤਮ ਹੋ ਗਿਆ ਜੀ, ਬਹੁਤ ਜਲਦੀ ਆ ਗਈ, ਇੱਕਦਮ ਰਸ਼ ਪੈ ਗਿਆ। ਇਹਨਾਂ ਲੇਬਰ ਦਾ ਵੀ ਨੁਕਸਾਨ ਹੋਊ? ਲੇਬਰ ਦਾ ਵੀ ਨੁਕਸਾਨ ਹੈ ਜੀ, ਲੇਬਰ ਦਾ, ਲੇਬਰ ਮੰਡੀਆਂ 'ਚ ਹੈ ਹੀ ਨਹੀਂ, ਲੇਬਰ ਦਾ ਇਸ ਵਾਲੀ ਬੰਦਾ ਦੇਖਣ ਨੂੰ ਨਹੀਂ ਮਿਲ ਰਿਹਾ। ਲੇਬਰ ਸਾਡੀ ਸ਼ੈਲਾਂ 'ਚ ਐਡਜਸਟ ਹੋਈ ਵੀ ਹੈ, ਮੰਡੀ 'ਚ ਲੇਬਰ ਹੈ ਹੀ ਨਹੀਂ ਕੋਈ, ਬਹੁਤ ਮਹਿੰਗੇ ਭਾਅ 'ਚ ਲੇਬਰ ਲਿਆ ਰਹੇ। ਆੜਤੀ ਦਾ ਵੀ ਕਾਫੀ ਨੁਕਸਾਨ? ਆੜਤੀ ਦਾ ਬਹੁਤ ਨੁਕਸਾਨ ਹੈ ਜੀ, ਜੋ ਸਰਕਾਰ ਤੋਂ ਲੇਬਰ ਮਿਲਦੀ ਹੈ ਉਹ ਤੋਂ ਦੁੱਗਣੇ ਰੇਟ 'ਚ ਕੰਮ ਹੋ ਰਿਹਾ। ਬਾਰਿਸ਼ ਜਿਹੜੀ ਹੋਣੀ ਸ਼ੁਰੂ ਹੋਈ ਹੈ ਥੋੜ੍ਹੀ ਦੇਰ ਪਹਿਲਾਂ, ਉਹਦੇ ਨਾਲ ਜਿੰਨਾ ਵੀ ਨੁਕਸਾਨ ਹੈਗਾ, ਵੈਸੇ ਕਾਫੀ ਮਾਲ ਮੰਡੀ ਢੱਕਿਆ ਪਿਆ। ਨਹੀਂ, ਵਪਾਰੀ ਟੱਕ ਰਹੇ ਨੇ? ਨਹੀਂ, ਜ਼ਿਮੀਦਾਰ ਵਪਾਰੀ ਸਾਹਿਬ ਲੱਗੇ ਹੋਏ ਨੇ, ਤਰਪਾਲਾਂ ਦਾ ਇੰਤਜ਼ਾਮ ਬਹੁਤ ਜ਼ਿਆਦਾ ਮੰਡੀ 'ਚ, ਕਾਫੀ ਜਿਹੜਾ ਮਾਲ ਲੋਡ ਹੋ ਰਿਹਾ ਬੰਦ ਹੋ ਗਿਆ ਹੁਣ ਚੱਕਣਾ ਜਦੋਂ ਬਾਰਿਸ਼ ਤੋਂ ਬਾਅਦ, ਪਰ ਹਰੇਕ ਸੰਭਾਲ ਬਹੁਤ ਜ਼ਿਆਦਾ ਜ਼ਰੂਰੀ ਹੈ, ਸੰਭਾਲ ਕਰ ਵੀ ਰਹੇ ਨੇ। ਜਿਹੜੇ ਪੱਲੇਦਾਰਾਂ ਦੀ ਹੜਤਾਲ ਚੱਲ ਰਹੀ ਹੈ ਉਹਦੇ ਨਾਲ? ਹਾਂ, ਉਹ ਇੱਕ ਦਿਨ ਤਾਂ ਰੁਕਾਵਟ ਹੋਈ, ਅੱਜ ਖੁੱਲ੍ਹ ਗਈ ਹੜਤਾਲ। ਹਾਂ, ਅੱਜ ਟਰੱਕ ਲੋਡ ਹੋਏ ਨੇ, ਕੱਲ੍ਹ 2 ਦਿਨ ਕੰਮ ਬੰਦ ਰਿਹਾ, ਉਹਦੇ ਨਾਲ ਬੜਾ ਤਕੜਾ ਅਸਰ ਹੋਇਆ, ਕਿਉਂਕਿ ਮੰਡੀ ਵਾਲਿਆਂ ਦੀ ਲੇਬਰ ਜ਼ਰੂਰੀ ਵਧਣੀ ਵੀ ਚਾਹੀਦੀ ਹੈ, ਬਹੁਤ ਝਰਾਈ ਵਾਲੇ ਬੰਦੇ, ਦੂਸਰੇ ਬੰਦੇ ਤਾਂ ਪੁਰਾਣਾ ਰੇਟ ਹੀ ਚੱਲਿਆ ਆ ਰਿਹਾ, ਉਹਨਾਂ ਦਾ ਘਰ ਨਹੀਂ ਪੂਰਾ ਹੁੰਦਾ। ਜਿਹੜੀ ਬਾਹਰੋਂ ਲੇਬਰ ਆਉਂਦੀ ਹੈ ਨਾ ਜੀ, ਉਹਨਾਂ ਦਾ ਘਰ ਬਹੁਤ ਔਖਾ ਪੂਰਾ ਹੋ ਰਿਹਾ, ਇਸ ਕਰਕੇ ਲੇਬਰ ਦੀ ਬੜੀ ਦਿੱਕਤ ਹੈ। ਲੇਕਿਨ ਜਿਹੜੀ ਬਰਸਾਤ ਇਸ ਟਾਈਮ ਬਰਸਾਤ ਜਾਰੀ ਹੈ, ਜਿਸ ਤਰ੍ਹਾਂ ਮੰਡੀ ਮੈਂ ਪਈ ਹੈ, ਪਿੰਡਾਂ ਦੀ ਖਰੀਦ ਕੇਂਦਰ ਹੈ, ਉੱਥੇ ਕਿੰਨੇ ਪ੍ਰਬੰਧ ਨਹੀਂ ਹੋਣਗੇ? ਨਹੀਂ ਹੈ ਹੀ ਗਏ, ਇੰਤਜ਼ਾਮ ਹੈ ਨਹੀਂ, ਉਹ ਤਾਂ ਫਿਰ ਭੇਜੇਗੀ, ਜਿਹੜੇ ਲੋਕ ਨਹੀਂ ਇੰਤਜ਼ਾਮ ਕਰਨਗੇ ਉਹ ਤਾਂ ਭੇਜੇਗੀ ਨਾ ਕਣਕ।